ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਲਾਲ ਬਟਨ ਦੇ ਕਰਕੇ ਕਲਿੱਕ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀਰੇ ਆਪਣੇ ਹੈਲਪਲਾਈਨ ਨੰਬਰ ਕਰ ਲੋ ਨੋਟ ਅਨੇਚਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮਰੇ ਵੀ ਨੇ ਕੋਈ ਦਿੱਤੇ ਵਾਲਾ ਸੰਦ ਅਰ ਤਾਂ ਵੀ ਰੈਗੂਲਰ ਟਰਾਲੀ ਜੋ ਕੋਈ ਵੀ ਮਸ਼ੀਨਰੀ ਬਰੇਕ ਕਾਰ ਜੀਪ ਕੱਢੀ ਸੇਲ ਕਰਨੀ ਹੈ ਤਾਂ ਉਸ ਦੀ ਆਪਾਂ ਸੱਤ ਫੋਟੋਆਂ ਨਾਲ ਹੀ ਉਹ ਲੋੜੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਕਪਾ ਤੁਹਾਡੀ ਐਡ ਆਪਣੇ ਚੈਨਲ ਜਟਾਂ ਦੇ ਜਹਾਜ਼ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਸੋ ਇੱਕ ਰਿਕੁਐਸਟ ਹੈ ਵੀਰੇ ਜੋ ਕੋ ਮੇਰਾ ਵੀ ਰੈਡ ਕਰਵਾ ਲਈ ਆਪਾਂ ਨੂੰ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਸਾਹਮਣੇ ਰੱਖੋ ਤੇ ਸਹੀ ਜਾਣਕਾਰੀ ਦਿਓ ਕਿਉਂਕਿ ਵੀਰੇ ਰੇਟ ਵਾਰ ਵੀਰਾਂ ਦੀ ਬਹੁਤ ਕੰਪਲੇਨ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਜਾਂਦਾ ਸੋ ਇਸ ਜੋ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਵੀਰੇ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ డిਮਾਂਡ ਹੁੰਦੀ ਹੈ। ਜੋ ਪ੍ਰਾਈਜ਼ ਮੌਕੇ ਦੇ ਘਾਟੋ ਵੀ ਗਿਆ ਮੌਕੇ ਦੇ ਡਿਸਕਾਊਂਟ ਕਰਨਗੇ ਵੀਰ ਸੋ ਜੇ ਕਿ ਮੇਰਾ ਜੀ ਵੀਰ ਜੀ ਖਰੀਦਣਾ ਚਾਹਵਾ ਨੇ ਮਾਲਕ ਵੀਰਾਂ ਨਾਲ ਫੋਨ ਤੇ ਕਨੈਕਟ ਕਰਕੇ ਮਾਰਕੀਟ ਵੈਲਿਊ ਵਾਲਾ ਰੇਟ ਵਗੈਰਾ ਆਪਣਾ ਸੈੱਟ ਕਰਕੇ ਜੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲੇ ਵੀਰੇ ਜੀ ਖਰੀਦਣ ਵੇਲੇ ਪੇਪਰ ਵਗੈਰਾ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ। ਥੈਂਕ ਯੂ ਵੀਰੇ। ਸੋ ਵੀਰੇ ਅੱਜ ਅਪਾ ਤੋਂ ਲੈ ਕੇ ਆਏ ਆਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ। 4 ਗੱਡੀਆਂ ਨੇ, ਇੱਕ ਜੀਪ ਐ, ਇੱਕ ਟਰਾਲੀ ਐ। ਗੱਡੀ ਦੇ ਵਿੱਚ ਆਪਣੇ ਕੋਲ ਮਰੂਤੀ ਜਨ ਗੱਡੀ ਹੈ ਐਲ ਐਕਸ ਆਈ ਮਹਿੰਦਰਾ ਥਾਰ ਹੈ 4x4 ਟਾਟਾ ਇੰਡੀਕਾ ਵੀਰੇ ਹੁੰਡਾਏ ਵਰਨਾ ਗੱਡੀ ਹੈ ਇਹ ਚਾਰ ਗੱਡੀਆਂ ਨੇ ਵੀਰੇ ਇੱਕ ਆਪਣੇ ਕੋਲ ਜੀਪ ਹੈ ਇੱਕ 16 ਫੁੱਟ ਦੀ ਟਰਾਲੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਆ ਮਰੂਤੀ ਜਨ ਬਾਰੇ ਮਰੂਤੀ ਜਨ ਵੀਰੇ 2004 ਮਾਡਲ ਗੱਡੀ ਹੈ ਐਲ ਐਕਸ ਆਈ ਵੇਰੀਐਂਟ ਹੈ ਪਾਵਰ ਸਟੀering ਪਾਵਰ ਵਿੰਡੋਜ਼ ਗੱਡੀ ਐਮਰੇ ਐਲਐਕਐਸਆਈ ਵੇਰੀਐਂਟ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵਧੀਆ ਸਾਫਤਰ ਰੰਗ ਪੇਂਟ ਹੈ ਹਲਕੇ ਬੁਲਕੇ ਮਾਈਨਰ ਸਕ੍ਰੈਚਸ ਨੇ ਬਾਕੀ ਬਿਲਕੁਲ ਮੇਨਟੇਨਡ ਗੱਡੀ ਹੈ ਕੋਈ ਮੇਜਰ ਐਕਸੀਡੈਂਟ ਨਹੀਂ ਡੈਮੇਜ ਵਗੈਰਾ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਜੇ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਰਵਿਸ ਵਗੈਰਾ ਡਨ ਹੈ ਬਾਕੀ ਕੋਈ ਕਮੀ ਪੇਸ਼ ਨਹੀਂ ਹੈ ਨਵੇਂ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਵੀਰੇ ਗੱਡੀ ਨੂੰ ਨਵੇਂ ਟਾਇਰ ਲੱਗੇ ਨੇ ਨਵੇਂ ਓਲਾਈ ਵੀ ਲੱਗੇ ਨੇ ਸੀਐਨਜੀ ਕਿੱਟ ਲੱਗੀ ਹੈ ਅਪਰੂਵਡ ਕਿੱਟ ਹੈ ਸੀਐਟ ਦੇ ਟਾਇਰ ਨੇ ਬਾਕੀ ਇੰਟੀਰੀਅਰ ਸਾਫ਼ ਸੁਥਰਾ ਵੀਰੇ ਵਧੀਆ ਕੁਆਲਿਟੀ ਦਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਪੇਪਰ ਵਗੈਰਾ ਕੰਪਲੀਟ ਨੇ ਏਰੀਆ ਵੀਰੇ ਸ਼੍ਰੀ ਮੋਖਸਰ ਸਾਹਿਬ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਇਹ ਗੱਡੀ ਹੈ ਗੱਡੀ ਦੀ ਮੰਗ ਰੱਖੀ ਗਈ ਹੈ 1 ਲੱਖ ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾਂ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਬਧੇਰੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਦੇਖ ਰਿਹਾ ਸਕਦੇ ਹੋ ਹਾਂਜੀ ਵੀਰੇ ਆ ਬਦਨ ਟਾਟਾ ਇੰਡੀਕਾ ਗੱਡੀ ਦਿਖਾ ਰਿਹਾ ਟਾਟਾ ਇੰਡੀਕਾ ਵੀ 2009 ਮਾਡਲ ਗੱਡੀ ਹੈ ਕੁਆਟਰ ਜੈਟ ਵਰਜਨ ਹੈ 2009 ਮਾਡਲ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਹਲਕੇ ਫੁਲਕੇ ਮਾਈਨਰ ਟੱਚਿੰਗ ਹੈ ਡਿੱਗੀ ਦੀ ਪਰ ਕੀ ਓਵਰ ਆਲ ਕੰਡੀਸ਼ਨ ਬਿਲਕੁਲ ਓਕੇ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਮਕੈਨੀਕਲ ਵਰਕ ਸਾਰਾ ਹੋਇਆ ਹੋਇਆ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਵੀਰੇ ਵਧੀਆ ਕੁਆਲਟੀ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਜਿਕ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਓਵਰ ਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਪੰਜਾਬ ਨੰਬਰ ਗੱਡੀ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ 70% ਦੇ ਕਰੀਬ ਗੱਡੀ ਦੇ ਟਾਇਰ ਨੇ ਬੇਦਾਗ ਸਾਫ਼ ਸੁਥਰੇ ਵਧੀਆ オリジナル ਟਾਇਰ ਨੇ ਕੋਈ ਕਟ ਵਗੈਰਾ ਨਹੀਂ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਏਰੀਆ ਵੀਰੇ ਮੋਗਾ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 80000 ਰੁਪਿਆ ਕਨੈਕਟ ਨੰਬਰ ਹਨ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀਰੇ ਰਿਜ਼ਰਵ ਕਰ ਲੈ ਤੁਸੀ ਗੱਡੀ ਹਾਂਜੀ ਵੀਰੇ ਆਪਾਂ ਜਿਹਨੂੰ ਟਰਾਲੀ ਦਿਖਾ ਰਹੇ ਹਾਂ 16 ਬਾਈ 7 ਫੁੱਟਾ ਸਾਈਜ਼ ਹੈ ਵੀਰੇ 2021 ਦੇ ਲਾਸਟ ਟਰਾਲੀ ਬਣੀ ਹੋਈ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਟਰਾਲੀ ਦੇ ਉਹ ਟਾਇਰ ਨੇ 50 55 ਪੈਸੇ ਟਾਇਰ ਨੇ ਬੇਦਾਗ ਸਾਫਤਰੇ ਵਧੀਆ オリジナル ਪੱਕੇ ਟਾਇਰ ਨੇ ਦੋਨੋਂ ਜੋੜੀਆਂ ਬੀਲ ਕੱਪ ਵਗੈਰਾ ਲੱਗੇ ਹੋਏ ਨੇ ਪੱਕੀ ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਵੀ ਹੈ 10 ਇੰਚੀ ਚਾਸੀ ਹੈ 10 ਨਟੀ ਹੱਬ ਹੈ ਰੇਲ ਦਾ オリジナル ਧੋਰੇ ਲੱਗੇ ਹੋਏ ਵੀਰੇ 2 ਫੁੱਟ ਬਾਡੀ ਹੈ 2.5 ਫੁੱਟ ਬੈੱਡ ਲੱਗਿਆ ਹੋਇਆ ਹੈ ਬੈੱਡ ਦੇ ਉੱਪਰ ਅੱਧਾ ਫੁੱਟ ਦੇ ਉੱਪਰ ਝੋਪੜੀ ਵਾਲੀ ਪਾਈਪ ਲੱਗੀ ਵੀ ਹੈ ਪੂਰੀ ਹੈਵੀ ਕੁਆਲਿਟੀ ਦਾ ਫਰਸ਼ ਚਦਰ ਹੈ ਕੋਈ ਕਿਤੇ ਗਲੀ ਸੜੀ ਨਹੀਂ ਡੈਮੇਜ ਨਹੀਂ ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ 3 ਲੱਖਸ ਮਾਡਲ ਹੈ ਵੀਰੇ ਰੀਲੈਕਸ ਮਾਡਲ ਦੇ ਨਾਲ ਸਾਰੇ ਐਸੈਸਰੀ ਲੱਗੀ ਹੈ ਟਰਾਲੀ ਨੂੰ ਜਿੱਦਾਂ ਕਿ ਐਲਈਡੀ ਲਾਈਟਸ ਲੱਗੀਆਂ ਨੇ ਰਸਾ ਟਾਈਟ ਕਰਨ ਵਾਲਾ ਸਿਸਟਮ ਰਸਾ ਇਕੱਠਾ ਕਰਨ ਵਾਲਾ ਸਿਸਟਮ ਜਿੰਤੀਆਂ ਬੇਲ 'ਚ ਪਾਣੀ ਵਾਲੀ ਟੈਂਕੀ ਲੱਗੀ ਹੈ ਮੰਜਾ ਲੱਗਿਆ ਹੈ ਬਾਕੀ ਫੁੱਲੀ ਲੋਡਡ ਟਰਾਲੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵਧੀਆ ਕੁਆਲਿਟੀ ਦਾ ਰੰਗ ਪੇਂਟ ਹੋਇਆ ਹੈ ਵੀਰੇ ਟਰਾਲੀ ਨੂੰ ਕੋਈ ਕਮੀ ਪਿੱਛੀ ਨਹੀਂ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਚੈੱਕ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਕੋਈ ਡੈਮੇਜ ਵਗੈਰੇ ਨਹੀਂ ਟਰਾਲੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਏਰੀਆ ਵੀਰੇ ਹੁਸ਼ਿਆਰਪੁਰ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਇਹ ਟਰਾਲੀ ਹੈ ਟਰਾਲੀ ਦੀ ਡਿਮਾਂਡ ਰੱਖੀ ਹੈ 2,60,000 ਰੁਪਿਆ ਕਨੈਕਟ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀਦੇ ਜਾਣਕਾਰੀ ਲੈ ਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਹਾਂਜੀ ਵੀਰੇ ਆਪਾਂ ਇਹਦੇ ਨੂੰ ਹੁੰਡਾਏ ਵਰਨਾ ਗੱਡੀ ਦਿਖਾ ਰਹੇ ਹਾਂ ਹੁੰਡਾਏ ਵਰਨਾ ਵੀਰੇ 2009 ਮਾਡਲ ਗੱਡੀ ਹੈ ਟੌਪ ਮਾਡਲ ਹੈ 2009 ਮਾਡਲ ਟੌਪ ਵਰਨਾ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਗੱਡੀ ਦੇ ਟਾਇਰ ਨੇ ਚਾਰੇ ਟਾਇਰ ਬਿਲਕੁਲ ਨਵੇਂ ਨੇ ਬੇਦਾਗ ਸਾਫ ਤੇ ਵਧੀਆ オリジナル ਟਾਇਰ ਨੇ ਪ੍ਰੀਓਕੇ ਕੰਡੀਸ਼ਨ ਹੈ ਵਧੀਆ ਕੁਆਲਟੀ ਚ ਰੰਗ ਪੇਂਟ ਹੈ ਵੀਰੇ ਬੰਪਰ ਪੇਂਟ ਨੇ ਬਾਕੀ ਆਲ オリジナル ਹੈ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਚਲਾ ਕੇ ਦਸ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਬਾਕੀ ਮਕੈਨੀਕਲ ਵਰਕ ਸਾਰਾ ਹੋਇਆ ਹੋਇਆ ਹੈ ਕਿਤੇ ਪੰਜ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਇੱਕਦਮ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵਧੀਆ ਕੁਆਲਿਟੀ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਸਾਰੇ ਫੀਚਰਸ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ ਡਿਸਕ ਬ੍ਰੇਕ ਹੈ ਵੀਰੇ ਏਵੀਐਸ ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਪੰਜਾਬ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਮਾਨਸਾ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲ ਇਹ ਗੱਡੀ ਹੈ ਗੱਡੀ ਦੀ ਰਿਮਾਂਡ ਰੱਖੀ ਹੈ 2,20,000 ਰੁਪਇਆ ਕਨੈਕਟ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲਈ ਅਕਦੂਸ਼ ਕੀ ਦੇਖ ਸਕਦੇ ਹੋ ਹਾਂਜੀ ਵੀਰੇ ਆ ਬਦਰਨਜੀਤ ਦੱਸ ਰਹੇ ਹਾਂ 99 ਇੰਚੀ ਜੀਪ ਹੈ ਵੀਰੇ 1991 ਮਾਡਲ ਬਧਿਆ ਸਾਬਤਰੀ ਕੰਡੀਸ਼ਨ ਦੇ ਵਿੱਚ ਜੀਪ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ 70% ਦੇ ਕਰੀਬ ਟਾਇਰ ਨੇ ਬੇਦਾਗ ਸਾਬਤਰੇ ਵਧਿਆ ਓਰੀਜਨਲ ਚਾਰੋ ਟਾਇਰ ਨੇ ਬਾਕੀ ਓਵਰਾਲ ਕੰਡੀਸ਼ਨ ਜੀਪ ਦੀ ਬਿਲਕੁਲ ਓਕੇ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਰਵਿਸ ਵਗੈਰਾ ਹੋਈ ਵੀ ਹੈ ਬਾਕੀ ਮਕੈਨੀਕਲ ਵਰਕ ਸਾਰਾ ਹੋਇਆ ਹੋਇਆ ਹੈ ਪਹਿਲੇ ਸੈਲਫ ਸਟਾਰਟ ਹੈ ਪੱਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਸਾਊਂਡ ਵਗੈਰਾ ਨਹੀਂ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸੀਟਸ ਵਗੈਰਾ ਵਧੀਆ ਲੱਗੀਆਂ ਹੋਈਆਂ ਨੇ ਵੀਰੇ ਬਾਕੀ ਸਾਫ਼ ਸੁਥਰਾ ਇੰਟੀਰੀਅਰ ਹੈ ਕੋਈ ਗੱਦੋ ਗਲੀ ਸੜੀ ਨਹੀਂ ਡੈਮੇਜ ਵਗੈਰਾ ਨਹੀਂ ਬਾਡੀ ਲਾਈਨ ਬਿਲਕੁਲ ਓਕੇ ਹੈ ਵੀਰੇ ਕੋਈ ਕਮੀ ਬਿਸ਼ਿਨ ਜੀਪ ਦੇ ਵਿੱਚ ਦਿੱਲੀ ਨੰਬਰ ਹੈ ਐਫੀਡੇਵਟ ਵਗੈਰਾ ਵੀਰ ਕਰਵਾ ਕੇ ਦੇਣਗੇ ਬਾਕੀ ਪੇਪਰ ਵਗੈਰਾ ਓਵਰ ਆਲ ਕੰਪਲੀਟ ਨੇ ਓਵਰ ਆਲ ਕੰディション ਜੀਪ ਦੀ ਵੀ ਬਿਲਕੁਲ ਓਕੇ ਹੈ ਲੋਕੇਸ਼ਨ ਵੀਰਾਂ ਦੀ ਸ਼੍ਰੀ ਮੁਕਸਰ ਸਾਹਿਬ ਹੈ ਉੱਥੇ ਵੀਰਾਂ ਕੋਲ ਇਹ ਗੱਡੀ ਹੈ ਜੀਪ ਦੀ ਜੋ ਡਿਮਾਂਡ ਰੱਖੀ ਗੀਏ ਵੀਰੇ 90000 ਡਿਮਾਂਡ ਹੈ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਕੋਰੈਕਟ ਨੰਬਰ ਹਿੰਜ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀਰੇ ਜਾਣਕਾਰੀ ਲੈ ਕੇ ਤੁਸੀਂ ਜੀਪ ਖਰੀਦ ਸਕਦੇ ਹੋ ਹਾਂਜੀ ਵੀਰੇ ਅਬਦਨ ਮਹਿੰਦਰਾ ਥਾਰ ਦਿਖਾ ਰਿਹਾ ਮਹਿੰਦਰਾ ਥਾਰ ਵੀਰੇ 2019 ਮਾਡਲ ਗੱਡੀ ਹੈ 4x4 ਵਰਜਨ ਹੈ 2019 ਮਾਡਲ ਮਹਿੰਦਰਾ ਥਾਰ ਵੀਰੇ ਫਾਸਟਰਨ ਗੱਡੀ ਹੈ ਬਿਲਕੁਲ ਵੈਲ ਮੇਨਟੇਨਡ ਹੈ ਬੰਪਰ ਟੂ ਬੰਪਰ ਆਲ オリジナル ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਵੈਲ ਮੇਨਟੇਨਡ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਇਕਦਮ ਸਾਇਲੈਂਟ ਤਸੀਲ ਲੱਗਦੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸਰਵਿਸ ਡਨ ਹੈ ਵੀਰੇ ਬਾਕੀ ਗੱਡੀ ਦੇ ਉਹ ਟਾਇਰ ਨੇ 75 80 ਪੈਸੇ ਟਾਇਰ ਨੇ ਬੇਦਾਗ ਸਾਫ ਤੇ ਬਦੇ ਆरिजिनल ਟਾਇਰ ਨੇ ਅਲੋਏ ਵੀ ਲੱਗੇ ਹੋਏ ਨੇ ਬਰੀਕ ਕੁਆਲਟੀ ਦੇ ਹੈਵੀ ਅਲੋਏ ਵੀ ਲੱਗੇ ਨੇ ਪਰ ਕਿਓਰਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਬਰੀਕ ਕੁਆਲਟੀ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ 뮤직 ਸਿਸਟਮ AC ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਸਾਰੇ ਫੀਚਰਸ ਵਰਕੇ ਕੰਡੀਸ਼ਨ ਦੇ ਵਿੱਚ ਨੇ ਆਲ ओरिजिनल एक्सेसरी ਵੀਰੇ ਕੋਈ ਪਾਰਟ ਨਹੀਂ ਚੇਂਜ ਹੋਇਆ ਐ ਐਕਸੈਸਰੀ ਚੇਂਜ ਹੋਈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਐ ਇੰਸ਼ੋਰੈਂਸ ਵਗੈਰਾ ਹੋਇਆ ਹੋਇਆ ਪੰਜਾਬ ਨੰਬਰ ਗੱਡੀ ਐ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਲੁਧਿਆਣਾ ਲੋਕੇਸ਼ਨ ਹੈ ਵੀਰਾਂ ਦੀ ਉੱਥੇ ਵੀਰਾਂ ਕੋਲੇ ਹੈ ਗੱਡੀ ਦੀ ਡਿਮਾਂਡ ਰੱਖੀ ਹੈ 10 ਲੱਖ ਰੁਪਿਆ ਕਨੈਕਟ ਨੰਬਰ ਹੇਠਾਂ ਸਕਰੀਨ ਦੇ ਸ਼ੋਅ ਹੋ ਰਿਹਾ ਐ ਇਸ ਨੰਬਰ ਤੇ ਕਾਲ ਕਰਕੇ ਵੀਰੇ ਜਾਣਕਾਰੀ ਲੈ ਸਕਦੇ ਹੋ ਦਿਖ ਰਹੀ ਸਕਦੇ ਹੋ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ ਤੇ ਜਿਹੜੇ ਵੀ ਇਹਨਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਨਾਂ ਰਿਕਵੈਸਟ ਆ ਵੀ ਆਪਣਾ ਚੈਨਲ ਜਲਦੀ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੁਮੀਤ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਵਿੱਚ ਆਪਾਂ ਆਪ ਦੀ ਗੇਮ ਦੀ ਸਜਾ ਸੰਖਰੂਦ ਦਿਓ ਕਿਉਂਕਿ ਸਾਡੇ ਵੱਲੋਂ ਕਮੀ ਪਈ ਸੀ ਰਹਿੰਦੀ ਹੈ ਤਾਂ ਸਾਨੂੰ ਪਤਾ ਲ ਟੋਟਲੀ ਚੰਗੇ ਤੋਂ ਚੰਗੇ ਅਗਲੇ ਵੀਡੀਓ ਬਣਾ ਕੇ ਲੈ ਕੇ ਆ ਸਕੀ ਤੇ ਉਮੀਦ ਕਰਦਾ ਹਾਂ ਵੀਰੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਸੋ ਇੱਕ ਰਿਕੁਐਸਟ ਆਪਣੇ ਓਵਰਨ ਹੋਏ ਜੋ ਆਪਣ ਨੂੰ ਐਡ ਕਰਵਾਉਣ ਲਈ ਮੈਸਨਰੀ ਸੈਂਡ ਕਰਦੇ ਨੇ ਸੋ ਬਲੀਜ਼ ਵੀਰੇ ਰਿਕੁਐਸਟ ਹੈ ਜੋ ਕੋ ਮੇਰਾ ਬੀਰ ਐਡ ਕਰਵਾਉਣ ਲਈ ਆਪਣ ਨੂੰ ਮੈਸਨਰੀ ਸੈਂਡ ਕਰਦਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਵਾਲਾ ਰੱਖੋ ਤੇ ਸਹੀ ਜਾਣਕਾਰੀ ਦਿਓ ਕਰੋ ਕਿਉਂਕਿ ਵੀਰੇ ਰੇਟ ਬਾਰੇ ਵੀਰਾਂ ਦੀ ਬਹੁਤ ਕੰਪਲੇਨਟ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜਿਆਦਾ ਰੱਖਿਆ ਜਾਂਦਾ ਸੋ ਇਸ ਕਰਕੇ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਵੀ ਆਪਣੇ ਚੀਜ਼ ਦਾ ਰੇਟ ਉਹੀ ਰੱਖਿਆ ਕਰੋ ਵੀਰੇ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬੰਦਾ ਹੈ ਜਿਆਦਾ ਰੇਟ ਰੱਖਣ ਕਾਰਨ ਚੀਜ਼ਾਂ ਸੇਲ ਨਹੀਂ ਹੋ ਪਾਉਂਦੀਆਂ ਤੇ ਆਪਣੇ ਵੀਰਾਂ ਦਾ ਆਪਣੇ ਚੈਨਲ ਤੇ ਬੁਰਾ ਪ੍ਰਭਾਵ ਪੈਂਦਾ ਵੀਰੇ ਸਹੀ ਜਾਣਕਾਰੀ ਦਿਓ ਸਹੀ ਰੇਟ ਰੱਖੋ ਫੇਕ ਜਾਣਕਾਰੀ ਦੇਣ ਤੋਂ ਬਚੋ ਵੀਰੇ ਕਿ ਮੇਰੇ ਵੀਰ ਫੇਕ ਜਾਣਕਾਰੀ ਦਿੰਦੇ ਨੇ ਐਕਸੀਡੈਂਟਲ ਗੱਡੀਆਂ ਨੂੰ ਟੱਚਿੰਗ ਵਾਲੀਆਂ ਗੱਡੀਆਂ ਨੂੰ origignal ਦੱਸ ਖੈਡ ਕਰਵਾ ਲੈਂਦੇ ਨੇ ਜਦੋਂ ਕੋਈ ਵੀਰ ਉਹਨਾਂ ਕੋਲ ਖਰੀਦਣ ਲਈ ਵਿਜ਼ਿਟ ਕਰਦਾ ਆਉਂਦਾ ਵੀਰੇ ਤਾਂ ਉਹਨਾਂ ਦਾ ਟਾਈਮ ਤੇ ਪੈਸਾ ਦੋਨੋਂ ਵੇਸਟ ਹੁੰਦੇ ਨੇ ਸੋ ਜੋ ਜਾਣਕਾਰੀ ਤੁਸੀਂ ਬਰੇ ਹੈ ਵੀਰੇ ਉਹੀ ਸਹੀ ਪ੍ਰੋਵਾਈਡ ਕਰਾਓ ਤਾਂ ਜੋ ਅਸੀਂ ਵਧੀਆ ਤਰੀਕੇ ਨਾਲ ਲੱਗੇ ਐਕਸਪਲੇਨ ਕਰਕੇ ਵੀਰਾਂ ਨੂੰ ਅੱਗੇ ਵੀ ਸਹੀ ਜਾਣਕਾਰੀ ਦੇ ਸਕੀਏ ਫੋਨ ਨੰਬਰ ਵਗੈਰਾ ਆਪਣਾਉਂਦੇ ਕਰੋ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਲੋਕੇਸ਼ਨ ਆਪਣੀ ਟ੍ਰੇਸੇਬਲ ਦੱਸਿਆ ਕਰੋ ਸੋ ਉਮੀਦ ਕਰਦੇ ਨੇ ਜਿੰਜੇ ਦੇ ਉੱਤੇ ਜ਼ਰੂਰ ਗੌਰ ਕਰੋਗੇ ਸਪੋਰਟ ਕਰੋਗੇ ਸਾਥ ਦੇਵੋਗੇ ਜੁੜੇ ਰਹੋਗੇ ਆਪਣੇ ਚੈਨਲ ਜਟਾਂ ਦੇ ਹਾਇ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਵੀਰੇ